ਜਲੰਧਰ ਦੇ ਅਟਾਰੀ ਬਾਜ਼ਾਰ ਦੇ ਵਿੱਚ ਅੱਜ ਸਵੇਰੇ ਇੱਕ ਦੁਕਾਨ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ। ਦੱਸ ਦਈਏ ਕਿ ਦੁਕਾਨ ਦੇ ਅੰਦਰ ਵੜ ਕੇ ਜਿੱਥੇ ਉਹਨਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਉੱਥੇ ਹੀ ਵੱਡਾ ਨੁਕਸਾਨ ਵੀ ਕਰ ਗਏ। ਇਸ ਮੌਕੇ ਦੁਕਾਨ ਦੇ ਮਾਲਕ ਰਿੰਕੂ ਨੇ ਕਿਹਾ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਸ਼ਾਮ ਨੂੰ ਆਪਣੀ ਦੁਕਾਨ ਬੰਦ ਕਰ ਗਏ ਸਨ ਅਤੇ ਜਦ ਸਵੇਰੇ ਉਹਨਾਂ ਨੂੰ ਫੋਨ ਆਇਆ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਅਜਿਹੀ ਘਟਨਾ ਵਾਪਰ ਗਈ ਹੈ। ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਆ ਕੇ ਵੇਖਿਆ ਤਾਂ ਉਹਨਾਂ ਦੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਸੀ ਅਤੇ ਅੰਦਰੋਂ ਵੀ ਕਾਫੀ ਨੁਕਸਾਨ ਹੋ ਚੁੱਕਾ ਸੀ। ਜਲੰਧਰ ਤੋਂ ਅੱਜ ਦੀ ਆਵਾਜ਼ ਦੇ ਲਈ ਦਲਬੀਰ ਸਿੰਘ ਕਲੋਈਆਂ ਦੀ ਰਿਪੋਰਟ। ਕੀ ਨਾਂ ਆਪਣਾ? ਰਿੰਕੂ ਜੀ। ਅਤੇ ਕੀ ਹੋਇਆ ਭਾਅ ਜੀ ਆਪਣੀ ਦੁਕਾਨ? ਭਾਅ ਜੀ ਦੋ ਜੀ ਤੇਰਾ ਸਵਾ ਅੱਠ ਦੁਕਾਨ ਵਧਾ ਕੇ ਗਏ ਸੀ ਅਸੀਂ। ਠੀਕ ਹੈ। ਘਾ ਕੇ ਅਤੇ ਸਵੇਰੇ ਸਾਨੂੰ ਪੌਣੇ ਇਕੱਠ ਵੇ ਕਿਸੇ ਪੜੋਸੀ ਦਾ ਹੀ ਫੋਨ ਆਉਂਦਾ ਕਿ ਭਾਈ ਤੁਸੀਂ ਤੁਹਾਡਾ ਸ਼ਟਰ ਚੱਕਿਆ ਹੋਇਆ, ਤੁਸੀਂ ਅੰਦਰ ਹੈਗੇ ਆ ਕਿੱਥੇ? ਭਾਈ ਮੈਂ ਤਾਂ ਘਰ ਆ, ਕਹਿੰਦੇ ਭਾਈ ਤੁਹਾਡਾ ਸ਼ਟਰ ਚੱਕਿਆ ਹੋਇਆ ਵਾ ਕਿਸੇ ਨੇ। ਅਤੇ ਆਪਣਾ ਦੁਕਾਨ 'ਚ ਕਿੰਨੀ ਕੁ ਦੂਰ ਘਰ ਆ ਆਪਣਾ? ਹੈਗਾ ਘਰ ਤਾਂ ਨਾਲ ਹੀ ਆ ਭਾਈ। ਨਾਲ ਹੀ ਆ। ਅਤੇ ਕੋਈ ਕਿਸੇ ਦੇ ਤੁਹਾਨੂੰ ਲੱਗਾ ਜਿਹੜਾ ਫੋਟੋ ਤੁਸੀਂ ਦੇਖੀ ਹੈਗੀ, ਕੋਈ ਹੈਗੀ ਫੋਟੋ ਦੇ ਵਿੱਚ ਕੋਈ ਬੰਦਾ? ਭਾਈ ਉਹਨੇ ਕੈਪ ਪਾਈ ਹੋਈ ਹੈ ਅਤੇ ਮੂੰਹ 'ਤੇ ਰੁਮਾਲ ਬੰਨਿਆ ਹੋਇਆ, ਕੁਛ ਨਹੀਂ ਆਉਂਦਾ। ਅਤੇ ਪੁਲਿਸ ਵਾਲਾ ਤੁਸੀਂ ਜਾਂਚ ਕਰ ਦਿੱਤਾ ਹੈਗਾ? ਹਾਂਜੀ ਦੱਸਿਆ ਜੀ, ਇੱਕ ਵਾਰੀ ਦੇਖ ਗਿਆ ਅਤੇ ਦੁਬਾਰਾ ਕਹਿੰਦੇ ਆਉਂਦੇ ਹਾਂ। ਕਿਹੜਾ ਥਾਣਾ ਪੈਂਦਾ ਆਪਣਾ? 3 ਨੰਬਰ। ਅਤੇ ਕਿਹੜਾ ASI ਆਇਆ, ਕੋਈ ਆਇਆ ਸੀਗਾ? ਕੋਈ ਆਏ ਸੀਗੇ, ਲੇਡੀਜ਼ ਸੀਗੇ। ਅੱਛਾ, ਇੱਕ ਜੈਂਟਸ ਸੀਗੇ ਨਾਲ। ਤੁਸੀਂ ਕੀ ਕਹਿਣਾ ਚਾਹੁੰਦੇ, ਆਪਾਂ ਅਪੀਲ ਕੀ ਕਰਨਾ ਚਾਹੁੰਦੇ ਹੈਗੇ? ਕਾਰਵਾਈ ਕਰਨ, ਸਾਨੂੰ ਦੋ ਦਿਹਾੜੀ ਦਾ ਛੁਟਕਾਰਾ ਮਿਲੇ, ਤੁਸੀਂ ਇਹਨਾਂ ਤੋਂ ਦੋ ਦਿਹਾੜੀ ਦਰਜ ਹੀ ਰਹਿਣਾ ਪੈਂਦਾ ਸਾਨੂੰ। ਅਤੇ ਕਿੰਨਾ ਕੁ ਤੁਹਾਡਾ ਉੱਥੇ ਨੁਕਸਾਨ ਕਿੰਨਾ ਕੁ ਹੋ ਗਿਆ ਵੀਰੇ? 10+ ਹੀ ਹੈ। 10+ ਹੈ ਹਾਲੇ ਤਾਂ, ਬਾਕੀ ਕੈਸ਼ ਨਹੀਂ ਦੇਖਿਆ ਸੀ, ਸਮਾਨ ਸਾਡਾ ਨਿਊ ਨਿਊ ਜਿੰਨਾ ਵੀ ਆਇਆ ਸੀ ਸਾਰਾ ਚੱਕ ਲੈ ਗਿਆ, ਡੱਬੇ 'ਚ ਪਾ ਕੇ ਲੈ ਗਿਆ। ਕੋਈ ਕਿੰਨੇ ਬੰਦੇ ਤੁਹਾਨੂੰ ਦੇਖਿਆ, ਕਿੰਨੇ ਬੰਦੇ ਸੀਗੇ? ਇੱਕ ਜਾਂ ਦੋ ਜਣੇ ਸੀਗੇ। ਦੋ ਜਣੇ ਸੀ। ਕੁਮਾਰ ਜੈਨ, ਲਾਈਫ ਟਰਮ ਚੇਅਰਮੈਨ ਦੀ ਹੋਲਸੇਲ ਜਨਰਲ ਮਰਚੈਂਟਸ ਐਸੋਸੀਏਸ਼ਨ, ਰਜਿਸਟਰਡ ਅਟਾਰੀ ਬਾਜ਼ਾਰ ਜਲੰਧਰ ਜੀ। ਸਰ ਕੀ ਵਾਰਦਾਤ ਹੋਈ ਹੈ? ਐਸਾ ਹੈ ਕਿ ਇਸੇ ਤਰ੍ਹਾਂ ਜਿਸ ਮੈਨੂੰ ਹੁਣ ਪਤਾ ਲੱਗਾ ਕਿ ਅੱਜ ਸਵੇਰੇ ਇਸ ਵੇਲੇ ਗਣਪਤੀ ਜੂਲਰਸ ਵਾਲੇ ਆਪਣੀ ਦੁਕਾਨ 'ਤੇ ਆਏ ਨੇ ਅਤੇ ਇਹਨਾਂ ਦੀ ਦੁਕਾਨ ਦਾ ਸ਼ਟਰ ਚੁੱਕਿਆ ਹੋਇਆ ਸੀ ਔਰ ਦੀਵਾਰ ਤੋੜੀ ਹੋਈ ਸੀ, ਜਿਹੜਾ ਪਲਾਈਵੁੱਡ ਵਗੈਰਾ ਲੱਗੀ ਆ ਔਰ ਉਹਦੇ ਅੰਦਰੋਂ ਜਿੰਨਾ ਵੀ ਕੀਮਤੀ ਸਮਾਨ ਹੈ ਉਹ ਚੋਰੀ ਹੋ ਗਿਆ। ਸਰ ਇਹ ਸੋਨੇ ਜੂਲਰੀ ਵੇਚਦੇ ਜਾਂ ਆਰਟੀਫਿਸ਼ਲ? ਆਰਟੀਫਿਸ਼ਲ ਜੂਲਰੀ ਵੇਚਦੇ ਨੇ, ਕੋਸਮੈਟਿਕ ਵੇਚਦੇ ਨੇ, ਬੜੀਆਂ ਕੀਮਤੀ ਕੋਸਮੈਟਿਕ ਹੁੰਦੀਆਂ ਨੇ, 1 ਗ੍ਰਾਮ ਗੋਲਡ ਵਾਲੀ। ਤੇ ਸਰ ਇੰਨਾ ਵਿਅਸਤ ਬਾਜ਼ਾਰ ਜਲੰਧਰ ਦਾ ਮਸ਼ਹੂਰ ਬਾਜ਼ਾਰ, ਇੱਥੇ ਚੋਰੀ ਹੋ ਜਾਂਦੀ ਹੈ, ਕਿਵੇਂ ਦੇਖਦੇ ਹੋ? ਇਹ ਪ੍ਰਸ਼ਾਸਨ ਦੀ ਲਾਪਰਵਾਹੀ ਹੈ, ਪ੍ਰਸ਼ਾਸਨ ਇਸ ਬਾਰੇ ਕਿਸੇ ਤਰ੍ਹਾਂ ਦਾ ਕੋਈ ਧਿਆਨ ਨਹੀਂ ਦਿੰਦਾ। ਅੱਜ ਸਾਰੇ ਸ਼ਹਿਰ ਦੇ ਵਿੱਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਹੈ ਕਿ ਬਹੁਤ ਖਰਾਬ ਹੈ, ਕੋਈ ਵੀ ਸ਼ਹਿਰ ਵਾਸੀ ਕਿਸੇ ਜਗ੍ਹਾ ਸੇਫ ਨਹੀਂ ਹੈਗਾ ਜੀ। ਜਿਸ ਮਰਜ਼ੀ ਜਿਸ ਜਗ੍ਹਾ 'ਤੇ ਲੁਟੇਰੇ ਉਹਨੂੰ ਲੁੱਟ ਲੈਣ। ਕੀ ਬਾਜ਼ਾਰ 'ਚ ਚੌਕੀਦਾਰ ਰੱਖਿਆ? ਹਾਂਜੀ, ਬਾਜ਼ਾਰ 'ਚ ਚੌਕੀਦਾਰ ਹੈਗਾ ਜਿਹੜਾ ਆਪਣੀ ਡਿਊਟੀ ਦਿੰਦਾ ਔਰ ਉਹਦੀ ਡਿਊਟੀ ਸਵੇਰੇ 5:30-6 ਵਜੇ ਤੱਕ ਹੁੰਦੀ ਹੈ ਜੀ। ਅੱਜ ਆਇਆ ਸੀ? ਹਾਂ, ਅੱਜ ਬਿਲਕੁਲ ਔਨ ਡਿਊਟੀ ਸੀਗਾ ਜੀ। ਤਾਂ ਇਹਦਾ ਮਤਲਬ ਚੋਰ ਨੂੰ ਪਤਾ ਸੀ ਕਿ ਇੰਨੇ ਵਜੇ ਛੁੱਟੀ ਕਰਨੀ ਹੈ, ਫਿਰ ਉਸ ਦੌਰਾਨ? ਹੁਣ ਦੇਖੋ, ਚੋਰੀ ਦੀ ਵਾਰਦਾਤ ਦਾ ਜਿਹੜਾ ਟਾਈਮ ਹੈ ਉਹ ਪੂਰੀ ਤਰ੍ਹਾਂ ਪਤਾ ਨਹੀਂ ਹੈ ਕਿ ਚੋਰੀ ਉਸ ਵੇਲੇ ਹੋਈ ਹੈ ਜਾਂ ਉਸ ਤੋਂ ਬਾਅਦ ਹੋਈ ਹੈ, ਲੇਕਿਨ ਹਾਂਜੀ ਸਾਡੇ